ਕਿ ਪੰਜਾਬ ਪੁਲਿਸ ਦਾ ਐਕਸ਼ਨ ਜਿਹੜਾ ਹੈਗਾ ਹੋਰ ਸਖ਼ਤ ਹੁੰਦਾ ਗਿਆ। ਉਸ ਤੋਂ ਪਹਿਲਾਂ ਹੀ ਸ਼ੁਰੂਆਤ ਹੋ ਚੁੱਕੀ ਸੀ, ਪਰ ਐਕਸ਼ਨ ਜਿਹੜਾ ਹੈਗਾ ਪੰਜਾਬ ਪੁਲਿਸ ਦਾ ਹੋਰ ਸਖ਼ਤ ਹੁੰਦਾ ਹੈ। ਪੰਜਾਬ ਪੁਲਿਸ ਜਿਸ ਤਰੀਕੇ ਸੀਐਮ ਨੇ ਡਿਕਲੇਅਰ ਕੀਤਾ ਸੀਗਾ ਬੀਤੇ ਦਿਨ ਕਿ ਅਸੀਂ ਜਾਣ ਨਹੀਂ ਦੇਵਾਂਗੇ ਕਿਸੇ ਨੂੰ, ਅਗਲਾ ਚੌਕ ਨਹੀਂ ਟੱਪਣ ਦੇਵਾਂਗੇ, ਇਹ ਕਲੀਅਰ ਕਰ ਦਿੱਤਾ ਸੀ ਕਿ ਜਾਂ ਤਾਂ ਸੁਧਰ ਜਾਓ, ਸਰੈਂਡਰ ਕਰ ਦਿਓ, ਪੇਸ਼ ਹੋ ਜਾਓ, ਨਹੀਂ ਤਾਂ ਫਿਰ ਅਗਲਾ ਚੌਕ ਨਹੀਂ ਟੱਪੋਗੇ, ਗੈਂਗਸਟਰ ਹੋਵੇ ਜਾਂ ਸਨੈਚਰ ਹੋਵੇ। ਔਰ ਇਸ ਵੇਲੇ ਜਿਹੜੀਆਂ ਤਸਵੀਰਾਂ, ਪਹਿਲਾਂ ਨੇ ਤਸਵੀਰਾਂ ਦੱਸਦੀਆਂ, ਮਨੋਜ ਵਾਪਿਸ ਆਊਂਗਾ ਮੈਂ ਤੁਹਾਡੇ ਕੋਲ, ਇਸ ਵੇਲੇ ਤਸਵੀਰਾਂ ਦਿਖਾ ਰਹੇ ਹਾਂ ਅਸੀਂ ਉਸ ਸਪੋਟ ਦੀਆਂ ਤਸਵੀਰਾਂ ਨੇ, ਉਸ ਥਾਂ ਦੀਆਂ ਤਸਵੀਰਾਂ ਨੇ ਜਿੱਥੇ ਐਨਕਾਊਂਟਰ ਹੋਇਆ। ਔਰ ਕੁਝ ਦੇਰ ਦੇ ਵਿੱਚ ਜਿਹੜੇ ਸਟਿਲ ਫੋਟੋਗ੍ਰਾਫਸ ਵੀ ਆਏ ਨੇ ਇਸ ਥਾਂ ਤੋਂ, ਉਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ, ਜਿਨ੍ਹਾਂ ਦੇ ਵਿੱਚ ਹਥਿਆਰ ਵੀ ਨਜ਼ਰ ਆਉਣਗੇ, ਕਿਹੜੇ ਹਥਿਆਰ ਇਹਨਾਂ ਦੇ ਕੋਲ ਸੀਗੇ ਉਹ ਵੀ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾਵਾਂਗੇ। ਉਹਨਾਂ ਦੀਆਂ ਵੀ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ, ਇਹਨਾਂ ਦੇ ਕੋਲੋਂ ਨਜਾਇਜ਼ ਅਸਲਾ ਵੀ ਬਰਾਮਦ ਹੋਇਆ। ਇਸ ਵੇਲੇ ਦੀ ਤਸਵੀਰਾਂ ਜਿਹੜੀਆਂ ਨੇ ਉਹ ਸਪੋਟ ਦੀਆਂ ਤਸਵੀਰਾਂ ਨੇ, ਔਰ ਸਪੋਟ ਦੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਇਹ AGTF ਦੇ ਮੈਂਬਰ ਹੁੰਦੇ ਨੇ, ਜਾਂ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੇ ਮੈਂਬਰ ਹੁੰਦੇ ਨੇ, ਜਾਂ ਜਿਹੜੇ ਪੁਲਿਸ ਦਾ ਜਿਹੜਾ ਹੈਗਾ ਸਪੈਸ਼ਲ ਵਿੰਗ ਹੁੰਦਾ ਉਹਨਾਂ ਦੇ ਮੈਂਬਰ ਹੁੰਦੇ ਨੇ, ਸਿਵਿਲ ਡਰੈਸ ਦੇ ਵਿੱਚ ਹਥਿਆਰਾਂ ਦੇ ਨਾਲ ਲੈਸ, ਔਰ ਇਹ ਐਕਸਪਰਟਸ ਹੁੰਦੇ ਨੇ ਅਜਿਹੇ ਮਾਮਲਿਆਂ ਦੇ ਜਿੱਥੇ ਪੁਲਿਸ ਨੂੰ ਇੱਕ ਟਿਪ ਮਿਲਦੀ ਹੈ ਕਿ ਇਸ ਇਲਾਕੇ ਤੋਂ ਗੈਂਗਸਟਰਸ ਦੀ ਮੂਵਮੈਂਟ ਹੋ ਸਕਦੀ ਹੈ, ਅਪਰਾਧੀਆਂ ਦੀ ਮੂਵਮੈਂਟ ਹੋ ਸਕਦੀ ਹੈ, ਇਤਲਾਹ ਪੁਲਿਸ ਨੂੰ ਮਿਲਦੀ ਹੈ, ਇਤਲਾਹ ਮਿਲਣ 'ਤੇ ਪੁਲਿਸ ਨਾਕੇਬੰਦੀ ਕਰਦੀ ਹੈ, ਰੋਕਣ ਦੀ ਕੋਸ਼ਿਸ਼ ਕਰਦੀ ਹੈ, ਰੋਕਣ ਦੀ ਕੋਸ਼ਿਸ਼ ਦੇ ਬਾਵਜੂਦ। ਔਰ ਇਸ ਵੇਲੇ ਤਸਵੀਰ, ਇਹ ਉਹ ਬਾਈਕ ਹੈਗੀ ਹੈ, ਇਹ ਉਹ ਹਥਿਆਰ ਹੈਗੇ ਨੇ ਜਿਹੜੇ ਨਾ ਗੈਂਗਸਟਰਸ ਤੋਂ ਬਰਾਮਦ ਕੀਤੇ ਗਏ ਨੇ। ਇਸ ਬਾਈਕ 'ਤੇ ਗੈਂਗਸਟਰ ਸਵਾਰ ਸੀਗੇ, ਬਾਈਕ ਵੀ ਬਰਾਮਦ ਕਰ ਲਿਆ, ਪੁਲਿਸ ਨੇ ਆਪਣੀ ਕਸਟਡੀ ਵਿੱਚ ਲੈ ਲਿਆ, ਅਤੇ ਹਥਿਆਰ ਇਸ ਤਰੀਕੇ ਦੇ ਪਿਸਟਲ ਇਹਨਾਂ ਗੈਂਗਸਟਰਸ ਦੇ ਕੋਲ ਸੀਗੇ ਜਿਹੜੇ ਬਰਾਮਦ ਕੀਤੇ ਗਏ ਨੇ। ਜਦੋਂ ਪੁਲਿਸ ਨੇ ਐਨਕਾਊਂਟਰ ਕੀਤਾ, ਫੜੇ ਗਏ ਨੇ ਸਪੋਟ 'ਤੇ। ਪੁਲਿਸ ਦੇ ਲਈ ਇਹ ਜ਼ਰੂਰੀ ਹੁੰਦਾ ਕਿ ਇੱਕ ਇੱਕ ਚੀਜ਼ ਨੂੰ ਨੋਟੀਫਾਈ ਕੀਤਾ ਜਾਵੇ, ਇੱਕ ਇੱਕ ਚੀਜ਼ ਨੂੰ ਮਾਰਕ ਕੀਤਾ ਜਾਵੇ, ਮਾਰਕਿੰਗ ਕੀਤੀ ਜਾਂਦੀ ਹੈ, ਉਸ ਤੋਂ ਬਾਅਦ ਇਹਨਾਂ ਨੂੰ, ਕਿਉਂਕਿ ਇਹ ਕੇਸ ਪ੍ਰੋਪਰਟੀ ਬਣ ਜਾਂਦਾ ਹੈ। ਗ੍ਰਿਫਤਾਰੀ ਹੋਈ ਕਿਹੜੀ ਥਾਂ ਤੋਂ ਹੋਈ, ਉਸ ਥਾਂ 'ਤੇ ਕੀ ਕੁਝ ਬਰਾਮਦਗੀ ਹੋਈ, ਕਿਸ ਪੋਜੀਸ਼ਨ ਦੇ ਵਿੱਚ ਬਰਾਮਦਗੀ ਹੋਈ, ਇਹ ਪੁਲਿਸ ਨੂੰ ਸ਼ੋਅ ਵੀ ਕਰਨਾ ਪੈਂਦਾ, ਆਪਣੀ ਕ੍ਰਾਈਮ ਜਿਹੜੀ ਫਾਈਲ ਬਣਾਈ ਜਾਂਦੀ ਹੈ ਉਸ ਦੇ ਵਿੱਚ। ਮਨੋਜ ਮੇਰੇ ਸਹਿਯੋਗੀ ਲਗਾਤਾਰ ਮੇਰੇ ਨਾਲ ਮੌਜੂਦ ਨੇ। ਮਨੋਜ, ਤਸਵੀਰਾਂ ਅਸੀਂ ਦਿਖਾ ਰਹੇ ਹਾਂ, ਇੱਕ ਪਿਸਟਲ ਨਜ਼ਰ ਆ ਰਿਹਾ, ਇੱਕ ਬਾਈਕ ਨਜ਼ਰ ਆ ਰਹੀ ਹੈ, ਔਰ ਪੁਲਿਸ ਦੇ ਜਵਾਨ ਜਿਹੜੇ ਨੇ ਜਿਨ੍ਹਾਂ ਨੇ ਸ਼ਾਇਦ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ, ਸਿਵਿਲ ਯੂਨੀਫਾਰਮ ਦੇ ਵਿੱਚ ਵੀ ਨੇ, ਔਰ ਪੁਲਿਸ ਅਧਿਕਾਰੀ ਵੀ ਉਹਨਾਂ ਦੇ ਨਾਲ ਉੱਥੇ ਮੌਜੂਦ ਨੇ ਜਿਹੜੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ। ਇਸ ਸਪੋਟ ਨੂੰ ਥੋੜ੍ਹਾ ਜਿਹਾ ਸਮਝਾਉਣ ਦੀ ਕੋਸ਼ਿਸ਼ ਮਨੋਜ ਕਰੋਗੇ? ਮਨੋਜ, ਮੇਰੇ ਸਹਿਯੋਗੀ ਦੀਪਕ ਮੇਰੇ ਨਾਲ ਲਗਾਤਾਰ ਮੌਜੂਦ ਨੇ, ਮਨੋਜ ਦਾ ਵੀ ਰੁੱਖ ਕਰਾਂਗੇ। ਦੀਪਕ, ਤਸਵੀਰਾਂ ਸਾਡੇ ਕੋਲ ਆਈਆਂ ਨੇ ਔਰ ਸਪੋਰਟ ਦੀਆਂ, ਔਰ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਨੂੰ ਲਗਾਤਾਰ ਦਿਖਾ ਰਹੇ ਹਾਂ, ਕਿਉਂਕਿ ਤਸਵੀਰਾਂ ਜ਼ਿਆਦਾ ਇੰਪੋਰਟੈਂਟ ਨੇ। ਤਸਵੀਰਾਂ ਦੇ ਵਿੱਚ ਹਥਿਆਰ ਵੀ ਨਜ਼ਰ ਆ ਰਹੇ ਨੇ, ਤਸਵੀਰਾਂ ਦੇ ਵਿੱਚ ਉਹ ਬਾਈਕ ਵੀ ਨਜ਼ਰ ਆ ਰਹੀ ਹੈ ਜਿਸ 'ਤੇ ਗੈਂਗਸਟਰ ਸਵਾਰ ਸੀਗੇ, ਔਰ ਪੁਲਿਸ ਦੇ ਅਧਿਕਾਰੀ ਵੀ ਨਜ਼ਰ ਆ ਰਹੇ ਨੇ, ਕੁਝ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਸਿਵਿਲ ਯੂਨੀਫਾਰਮ ਦੇ ਵਿੱਚ ਵੀ ਨਜ਼ਰ ਆ ਰਹੇ ਨੇ ਜਿਹੜੇ ਹਥਿਆਰਾਂ ਨਾਲ ਲੈਸ ਨੇ। ਦੀਪਕ, ਇਹ ਤਸਵੀਰਾਂ ਦੱਸਣ ਦੀ ਕੋਸ਼ਿਸ਼ ਕਰੋਗੇ ਕਿੱਥੇ ਦੀਆਂ ਤਸਵੀਰਾਂ ਨੇ? ਜਿਹੜਾ ਦੋਦਰ ਪਿੰਡ ਹੈ, ਖੇਤਾਂ ਦੀ ਤਸਵੀਰ ਨਜ਼ਰ ਆ ਰਹੀ ਹੈ, ਲਿੰਕ ਰੋਡ ਦੀ ਤਸਵੀਰ ਹੈਗੀ ਹੈ, ਪੁਲਿਸ ਦੀ ਗੱਡੀ ਖੜੀ ਹੈ, ਕੀ ਕੁਝ ਹੋਰ ਇਨਫੋਰਮੇਸ਼ਨ ਹੈਗੀ ਹੈ ਦੀਪਕ? ਬਿਲਕੁਲ ਗਗਨ, ਇਹ ਲਿੰਕ ਰੋਡ ਲੋਕੋ ਤੋਂ ਦੋਦਰ ਜਾਂਦਾ, ਉੱਥੇ ਮੱਲਿਆਣਾ ਪਿੰਡ ਹੈ ਜਿਹੜਾ, ਉੱਥੇ ਦਾ ਇੱਕ ਰੋਡ ਹੈ ਲਿੰਕ, ਤਸਵੀਰ ਦੇ ਕੋਲ ਪੈਟਰੋਲ ਪੰਪ ਵੀ ਹੈ, ਉੱਥੋਂ ਦੀਆਂ ਜਿਹੜੀਆਂ ਤਸਵੀਰਾਂ, ਜਿਹੜਾ ਪੁਲਿਸ ਦੀ ਜਿਹੜੇ ਪੁਲਿਸ ਦੇ ਨਾਲ ਜਿਹੜੀ ਮੁਠਭੇੜ ਹੋਈ ਹੈ, ਕਿਉਂਕਿ ਜਿਹੜੇ 300 ਸੀਗੇ ਬੰਬੀਹਾ ਗੈਂਗ ਦੇ, ਉਹਨਾਂ ਵੱਲੋਂ ਜਿਹੜਾ ਪੁਲਿਸ ਤੇ ਫਾਇਰਿੰਗ ਕੀਤੀ ਗਈ ਹੈ, ਔਰ ਪੁਲਿਸ ਨੇ ਜਵਾਬੀ ਫਾਇਰਿੰਗ ਦੇ ਵਿੱਚ ਹਵਾਈ ਫਾਇਰ ਕੀਤੇ, ਉਸ ਦੇ ਦੌਰਾਨ 3 ਲੋਕਾਂ ਨੂੰ ਜਿਹੜਾ ਉਹਨੂੰ 3 ਪਿਸਟਲ ਵੀ ਬਰਾਮਦ ਕੀਤੇ ਹੈ ਗਗਨ। ਬਿਲਕੁਲ, ਪਿਸਟਲ ਵੀ ਬਰਾਮਦ ਕੀਤੇ ਹੈ, ਨਜਾਇਜ਼ ਹਥਿਆਰ ਵੀ ਇਹਨਾਂ ਦੇ ਕੋਲੋਂ ਬਰਾਮਦ ਹੋਇਆ ਦੀਪਕ, ਔਰ ਬੰਬੀਹਾ ਗੈਂਗ ਦੇ ਨਾਲ, ਲੱਕੀ ਪਟਿਆਲ ਦੇ ਨਾਲ ਇਹਨਾਂ ਦਾ ਲਿੰਕ ਦੱਸਿਆ ਜਾ ਰਿਹਾ।
ਇੱਕ ਹੋਰ ਅਪਡੇਟ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਦੀਏ। ਸ਼ੰਕਰ ਰਾਜਪੂਤ, ਸ਼ੰਕਰ ਰਾਜਪੂਤ ਨਾਂ ਦਾ ਗੈਂਗਸਟਰ ਹੈਗਾ ਜਿਸ ਨੂੰ ਅਰੈਸਟ ਕੀਤਾ ਗਿਆ। ਇੱਕ ਨਾਂ ਰਿਵੀਲ ਹੋ ਚੁੱਕਿਆ, ਤਿੰਨ ਗ੍ਰਿਫਤਾਰ ਹੋਏ ਨੇ, ਤਿੰਨਾਂ ਚੋਂ ਇੱਕ ਨਾਂ ਹੈਗਾ ਸ਼ੰਕਰ ਰਾਜਪੂਤ। ਅਪਡੇਟ ਇਸ ਵੇਲੇ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਹਾਂ, ਸ਼ੰਕਰ ਰਾਜਪੂਤ ਨੂੰ ਵੀ ਅਰੈਸਟ ਕੀਤਾ ਗਿਆ, ਉਸਦੇ ਨਾਲ ਦੋ ਹੋਰ ਗੈਂਗਸਟਰ ਅਰੈਸਟ ਕੀਤੇ ਗਏ ਨੇ। ਸ਼ੰਕਰ ਰਾਜਪੂਤ ਨਾਂ ਦਾ ਗੈਂਗਸਟਰ ਜਿਹੜਾ ਹੈਗਾ, ਜਿਹੜਾ ਲੱਕੀ ਪਟਿਆਲ ਦੇ ਨਾਲ ਲਿੰਕ ਸੀਗਾ, ਉਸ ਨੂੰ ਫੜਿਆ ਗਿਆ। ਉਸਦੇ ਨਾਲ ਦੋ ਹੋਰ ਉਸਦੇ ਸਾਥੀ ਫੜੇ ਗਏ ਨੇ, ਲੱਕੀ ਪਟਿਆਲ ਗੈਂਗ ਦੇ ਮੈਂਬਰ, ਲੱਕੀ ਪਟਿਆਲ ਦੇ ਨੇੜੇ ਸੀਗੇ, ਬੰਬੀਹਾ ਗੈਂਗ ਦੇ ਮੈਂਬਰ ਨੇ। ਬੰਬੀਹਾ ਗੈਂਗ ਨੂੰ ਲੱਕੀ ਪਟਿਆਲ ਓਪਰੇਟ ਕਰਦਾ ਸੀ ਪਹਿਲਾਂ, ਹੁਣ ਨੀਰਜ ਫਰੀਦਪੁਰੀਆ ਓਪਰੇਟ ਕਰ ਰਿਹਾ ਹੈ, ਤੇ ਉਸੇ ਗੈਂਗ ਦਾ ਮੈਂਬਰ ਸ਼ੰਕਰ ਰਾਜਪੂਤ ਫੜਿਆ ਗਿਆ। ਆਪਣੇ ਸਾਥੀਆਂ ਸਣੇ ਇਸ ਬਾਈਕ ਤੇ ਸਵਾਰ ਸੀ, ਔਰ ਇਹ ਪਿਸਟਲ ਬਰਾਮਦ ਕੀਤਾ ਗਿਆ। ਪੁਲਿਸ ਅਧਿਕਾਰੀ ਮੌਕੇ ਤੇ ਮੌਜੂਦ ਨੇ, ਪੁਲਿਸ ਦੇ ਮੁਲਾਜ਼ਮ ਮੌਕੇ ਤੇ ਮੌਜੂਦ ਨੇ। ਇਹ ਉਹ ਤਸਵੀਰਾਂ ਨੇ ਜਿਹੜੀਆਂ ਅਹਿਮ ਨੇ ਇਸ ਪੂਰੇ ਐਨਕਾਊਂਟਰ ਨੂੰ ਲੈ ਕੇ, ਇਸ ਪੂਰੇ ਐਨਕਾਊਂਟਰ ਨੂੰ ਲੈ ਕੇ ਇਹ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ, ਔਰ ਤਸਵੀਰਾਂ ਬੇਹੱਦ ਖਾਸ ਨੇ ਕਿਉਂਕਿ ਇਹ ਸਪੋਰਟ ਦੀਆਂ ਤਸਵੀਰਾਂ ਨੇ। ਇਹ ਦੋਦਰ ਪਿੰਡ ਦੇ ਉਸ ਸਪੋਰਟ ਦੀਆਂ ਤਸਵੀਰਾਂ ਨੇ, ਉਸ ਥਾਂ ਦੀਆਂ ਤਸਵੀਰਾਂ ਨੇ ਜਿੱਥੇ ਇਸ ਐਨਕਾਊਂਟਰ ਨੂੰ ਅੰਜਾਮ ਦਿੱਤਾ ਗਿਆ। ਮੇਰੇ ਸਹਿਯੋਗੀ ਦੀਪਕ ਦੱਸ ਰਹੇ ਸੀਗੇ ਕਿ ਇੱਕ ਲਿੰਕ ਰੋਡ ਹੈਗਾ ਇਹ ਦੋਦਰ ਪਿੰਡ ਤੋਂ ਜਿਹੜਾ ਜਾਂਦਾ ਹੈ, ਔਰ ਅੱਗੇ ਇਸੇ ਰੋਡ ਤੇ ਜਿਹੜਾ ਹੈਗਾ ਇੱਕ ਪੈਟਰੋਲ ਪੰਪ ਵੀ ਹੈ, ਇੱਕ ਪਿੰਡ ਨੂੰ ਜਾਂਦਾ ਮਲਿਆਣਾ ਪਿੰਡ, ਉਹਨਾਂ ਨੇ ਦੱਸਿਆ ਕਿ ਉੱਥੇ ਤੱਕ ਜਾਂਦਾ ਇਹ, ਔਰ ਇਸੇ ਰੋਡ ਤੇ ਇੱਕ ਪੈਟਰੋਲ ਪੰਪ ਵੀ ਹੈ। ਇਹ ਵੀ ਹੋ ਸਕਦਾ ਹੈ ਕਿ ਉਸ ਤੋਂ ਬਾਅਦ ਇਹਨਾਂ ਨੇ ਕਿਤੇ ਜਾਣਾ ਹੋਵੇ, ਕਿਉਂਕਿ ਹਥਿਆਰ ਜਿਸ ਤਰੀਕੇ ਇਹਨਾਂ ਦੇ ਕੋਲੋਂ ਬਰਾਮਦ ਹੋਏ ਨੇ, ਨਜਾਇਜ਼ ਅਸਲਾ ਬਰਾਮਦ ਹੋਇਆ ਹੈ, ਕਿੰਨੀ ਕੁਆਂਟਿਟੀ ਉਸ ਅਸਲੇ ਦੀ ਹੈਗੀ ਹੈ, ਕੀ ਕੁਝ ਹੋਰ ਬਰਾਮਦਗੀ ਇਹਨਾਂ ਦੇ ਕੋਲੋਂ ਹੋਈ ਹੈ, ਇਹ ਹਜੇ ਚੈੱਕ ਹੋਏਗਾ, ਆਫੀਸ਼ੀਅਲੀ ਡਿਕਲੇਅਰ ਹੋਏਗਾ ਪੂਰੇ ਦਾ ਪੂਰਾ ਅਸਲਾ ਕਿੰਨਾ ਬਰਾਮਦ ਹੋਇਆ ਇਹਨਾਂ ਦੇ ਕੋਲੋਂ। ਇੱਕ ਇੱਕ ਚੀਜ਼ ਨੂੰ ਪੁਲਿਸ ਕਾਊਂਟ ਕਰੇਗੀ, ਇੱਕ ਇੱਕ ਚੀਜ਼ ਦਾ ਪੁਲਿਸ ਮੇਕ ਡਿਸਾਈਡ ਕਰੇਗੀ। ਜੇਕਰ ਪਿਸਟਲ ਬਰਾਮਦ ਹੋਇਆ ਤਾਂ ਕਿੱਥੇ ਦਾ ਬਣਿਆ ਹੋਇਆ ਪਿਸਟਲ ਹੈ, ਜੇਕਰ ਇਹ ਦੇਸੀ ਪਿਸਟਲ ਹੈ, ਦੇਸੀ ਹਥਿਆਰ ਨੇ, ਤਾਂ ਕਿੱਥੋਂ ਇਹ ਇੰਪੋਰਟ ਕੀਤੇ ਗਏ ਸੀਗੇ, ਕਿੱਥੋਂ ਸਮਗਲ ਕੀਤੇ ਗਏ ਸੀਗੇ, ਇਹ ਵੀ ਆਪਣੇ ਆਪ ਵਿੱਚ ਚੈੱਕ ਕੀਤਾ ਜਾਵੇਗਾ। ਤਸਕਰੀ ਕਰਕੇ ਮੰਗਾਏ ਗਏ ਹਥਿਆਰ ਨੇ ਇੰਡੀਆ ਮੇਡ ਦੇਸੀ ਜਿਹੜੀ ਹੈਗੀ ਹੈ ਉਹ ਪਿਸਟਲ ਹੈਗੀ ਹੈ, ਜਾਂ ਵਿਦੇਸ਼ੀ ਹਥਿਆਰ ਬਰਾਮਦ ਹੁੰਦੇ ਨੇ। ਇੱਕ ਇੱਕ ਚੀਜ਼ ਨੂੰ ਔਨ ਰਿਕਾਰਡ ਰੱਖ ਕੇ ਚੈੱਕ ਕੀਤਾ ਜਾਵੇਗਾ, ਔਰ ਚੈੱਕ ਕਰਨ ਤੋਂ ਬਾਅਦ ਉਸ ਦੇ ਬਾਰੇ ਆਫੀਸ਼ੀਅਲੀ ਸਟੇਟਮੈਂਟ ਰਿਲੀਜ਼ ਕੀਤੀ ਜਾਵੇਗੀ। ਤਸਵੀਰਾਂ ਜ਼ਰੂਰ ਸਾਹਮਣੇ ਆਈਆਂ ਨੇ, ਔਰ ਸਪੋਟ ਦੀਆਂ ਤਸਵੀਰਾਂ ਨੇ ਜਿੱਥੇ ਐਨਕਾਊਂਟਰ ਹੋਇਆ। CIA ਮਹਿਣਾ ਦੇ ਇੰਚਾਰਜ ਦਲਜੀਤ ਸਿੰਘ ਨੇ ਆਪਣੀ ਪੁਲਿਸ ਪਾਰਟੀ ਦੇ ਨਾਲ ਬੱਦਨੀ ਤੋਂ ਮੱਲਿਆਣਾ ਜਾ ਰਹੀ ਸੜਕ 'ਤੇ ਕਰੋਸਿੰਗ 'ਤੇ ਨਾਕਾਬੰਦੀ ਕੀਤੀ ਸੀ, ਜੋ ਤਿੰਨ ਵਿਅਕਤੀ ਦੋਦਰ ਸਾਈਡ ਤੋਂ ਆਏ, ਮੋਟਰਸਾਈਕਲ 'ਤੇ ਆਏ, ਜਿਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ, ਜੋ ਜਿਨ੍ਹਾਂ ਨੇ ਮੋਟਰਸਾਈਕਲ ਘੁਮਾ ਕੇ ਪਿੱਛੇ ਨੂੰ ਭੱਜਣ ਦੀ ਕੋਸ਼ਿਸ਼ ਕੀਤੀ। ਦਲਜੀਤ ਸਿੰਘ ਇੰਸਪੈਕਟਰ ਦੀ ਪੁਲਿਸ ਪਾਰਟੀ ਨੇ ਇਹਨਾਂ ਨੂੰ ਚੇਜ਼ ਕੀਤਾ, ਪਿੱਛਾ ਕੀਤਾ, ਤਾਂ ਇਹ ਮੋਟਰਸਾਈਕਲ ਸੁੱਟ ਕੇ ਇਹਨਾਂ ਨੇ ਖੇਤਾਂ ਵਿੱਚ ਹੋ ਕੇ ਪੁਲਿਸ ਪਾਰਟੀ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ 'ਤੇ ਦਲਜੀਤ ਸਿੰਘ ਨੇ ਇਹਨਾਂ ਨੂੰ ਲਲਕਾਰਿਆ ਅਤੇ ਆਪਣੇ ਬਚਾਅ ਲਈ ਹਵਾਈ ਫਾਇਰਿੰਗ ਕੀਤੀ, ਤਾਂ ਇਹਨਾਂ 'ਤੇ ਜਦੋਂ ਸਖਤੀ ਵੱਧਦੀ ਗਈ ਤਾਂ ਇਹਨਾਂ ਨੇ ਪੁਲਿਸ ਅੱਗੇ ਆਤਮ ਸਮਰਪਣ ਕੀਤਾ। ਇਹ ਤਿੰਨ ਵਿਅਕਤੀ ਜਿਨ੍ਹਾਂ ਵਿੱਚੋਂ ਇੱਕ ਸ਼ੰਕਰ ਰਾਜਪੂਤ ਅਤੇ ਜਸ਼ਵ, ਦੋ ਮੋਗੇ ਦੇ ਆ, ਇੱਕ ਨਵਦੀਪ ਸਿੰਘ ਧਰਮਕੋਟ ਏਰੀਏ ਦਾ, ਇਹ ਲੱਕੀ ਪਟਿਆਲ ਅਤੇ ਮਨਦੀਪ ਧਾਲੀਵਾਲ ਜੋ ਕਿ ਬੰਬੀਆ ਗੈਂਗ ਨੂੰ ਓਪਰੇਟ ਕਰ ਰਹੇ ਆ, ਉਹਨਾਂ ਦੇ ਸਰਗਣੇ ਸੀਗੇ ਜਿਨ੍ਹਾਂ ਨੂੰ ਅੱਜ ਪੁਲਿਸ ਪਾਰਟੀ ਨੇ ਨਾਕਾਬੰਦੀ ਦੌਰਾਨ ਕਾਬੂ ਕੀਤਾ। ਹਾਂ, ਕਰੋਸ ਫਾਇਰਿੰਗ ਹੋਈ ਹੈ, ਜਦੋਂ ਇਹਨਾਂ ਨੇ ਅੱਗੋਂ ਫਾਇਰਿੰਗ ਕਰੀ ਇਹਨਾਂ ਨੂੰ ਖੇਤਾਂ ਵਿੱਚੋਂ ਕਾਬੂ ਕਰਿਆ, ਅਤੇ ਉਹਦੇ 'ਚ ਇੱਕ ਮੁਲਾਜ਼ਮ ਦੇ
ਥੋੜ੍ਹੀ ਸੱਟਾਂ ਲੱਗੀਆਂ। ਦੋਨੋਂ ਪਾਸਿਆਂ ਤੋਂ ਫਾਇਰਿੰਗ ਹੋਈ ਆ, ਉਹ ਅਜੇ ਤਫਤੀਸ਼ ਦਾ ਹਿੱਸਾ ਦੀ ਕਾਊਂਟਿੰਗ ਵਗੈਰਾ ਹੋ ਰਹੀ ਆ। ਉਹਨਾਂ ਦੇ ਵੀ ਇੱਕ ਬੰਦੇ ਦੇ ਭੱਜਦੇ ਸਮੇਂ ਲੱਤ 'ਤੇ ਸੱਟ ਲੱਗੀ ਆ, ਫਾਇਰਿੰਗ 'ਚ ਨਹੀਂ, ਉੱਦਾਂ ਭੱਜਦੇ ਸਮੇਂ ਉਹਦੇ ਲੱਤ 'ਤੇ ਸੱਟ ਲੱਗੀ ਆ। ਸਾਡੇ ਵੀ ਇੱਕ ਮੁਲਾਜ਼ਮ ਜ਼ਖਮੀ ਹੋਇਆ। ਅਪਡੇਟ ਤੁਹਾਨੂੰ ਦੱਸਦੀ ਹੈ ਪੁਲਿਸ ਦੀ, ਇਹ ਵਰਜ਼ਨ ਪੁਲਿਸ ਦਾ। ਇੱਕ ਵਾਰ ਫਿਰ ਅਸੀਂ ਆਪਣੇ ਦਰਸ਼ਕਾਂ ਨੂੰ ਸੁਣਾਵਾਂਗੇ। ਇੱਕ ਵਾਰ ਫਿਰ ਪੁਲਿਸ ਦਾ ਪਹਿਲਾ ਵਰਜ਼ਨ ਹੈ, ਪੁਲਿਸ ਦਾ ਪਹਿਲਾ ਬਿਆਨ ਹੈ। ਜਿਹੜੇ ਮੌਕੇ 'ਤੇ ਅਧਿਕਾਰੀ ਮੌਜੂਦ ਨੇ ਉਹ ਕੀ ਕਹਿ ਰਹੇ ਨੇ, ਇੱਕ ਵਾਰ ਫਿਰ ਸੁਣਾਵਾਂਗੇ ਕਿਉਂਕਿ ਇਹ ਇੰਪੋਰਟੈਂਟ ਇਨਫੋਰਮੇਸ਼ਨ ਹੈ। CIA ਮਹਿਣਾ ਦੇ ਇੰਚਾਰਜ ਦਲਜੀਤ ਸਿੰਘ ਨੇ ਆਪਣੀ ਪੁਲਿਸ ਪਾਰਟੀ ਦੇ ਨਾਲ ਬੱਦਨੀ ਤੋਂ ਮੱਲਿਆਣਾ ਜਾ ਰਹੀ ਸੜਕ 'ਤੇ ਕਰੋਸਿੰਗ 'ਤੇ ਨਾਕਾਬੰਦੀ ਕੀਤੀ ਸੀ, ਜੋ ਤਿੰਨ ਵਿਅਕਤੀ ਦੌਦਰ ਸਾਈਡ ਤੋਂ ਆਏ, ਮੋਟਰਸਾਈਕਲ 'ਤੇ ਆਏ, ਜਿਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ, ਜੋ ਜਿਨ੍ਹਾਂ ਨੇ ਮੋਟਰਸਾਈਕਲ ਘੁਮਾ ਕੇ ਪਿੱਛੇ ਨੂੰ ਭੱਜਣ ਦੀ ਕੋਸ਼ਿਸ਼ ਕੀਤੀ। ਦਲਜੀਤ ਸਿੰਘ ਇੰਸਪੈਕਟਰ ਦੀ ਪੁਲਿਸ ਪਾਰਟੀ ਨੇ ਇਹਨਾਂ ਨੂੰ ਚੇਜ਼ ਕੀਤਾ, ਪਿੱਛਾ ਕੀਤਾ, ਤਾਂ ਇਹ ਮੋਟਰਸਾਈਕਲ ਸੁੱਟ ਕੇ ਇਹਨਾਂ ਨੇ ਖੇਤਾਂ ਵਿੱਚ ਹੋ ਕੇ ਪੁਲਿਸ ਪਾਰਟੀ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ 'ਤੇ ਦਲਜੀਤ ਸਿੰਘ ਨੇ ਇਹਨਾਂ ਨੂੰ ਲਲਕਾਰਿਆ ਅਤੇ ਆਪਣੇ ਬਚਾਅ ਲਈ ਹਵਾਈ ਫਾਇਰਿੰਗ ਕੀਤੀ। ਤਾਂ ਇਹਨਾਂ 'ਤੇ ਜਦੋਂ ਸਖਤੀ ਵੱਧਦੀ ਗਈ ਤਾਂ ਇਹਨਾਂ ਨੇ ਪੁਲਿਸ ਅੱਗੇ ਆਤਮ ਸਮਰਪਣ ਕੀਤਾ। ਇਹ ਤਿੰਨ ਵਿਅਕਤੀ, ਜਿਨ੍ਹਾਂ ਵਿੱਚੋਂ ਇੱਕ ਸ਼ੰਕਰ ਰਾਜਪੂਤ ਅਤੇ ਜਸ਼ਵ, ਦੋ ਮੋਗੇ ਦੇ ਆ, ਇੱਕ ਨਵਦੀਪ ਸਿੰਘ ਧਰਮਕੋਟ ਏਰੀਏ ਦਾ, ਇਹ ਲੱਕੀ ਪਤਿਆਲ ਅਤੇ ਮਨਦੀਪ ਧਾਲੀਵਾਲ, ਜੋ ਕਿ ਬੰਬੀਆ ਗੈਂਗ ਨੂੰ ਓਪਰੇਟ ਕਰਦੇ ਆ, ਉਹਨਾਂ ਦੇ ਸਰਗਣੇ ਸੀਗੇ, ਜਿਨ੍ਹਾਂ ਨੂੰ ਅੱਜ ਪੁਲਿਸ ਪਾਰਟੀ ਨੇ ਨਾਕਾਬੰਦੀ ਦੌਰਾਨ ਕਾਬੂ ਕੀਤਾ। ਹਾਂ, ਕਰੋਸ ਫਾਇਰਿੰਗ ਹੋਈ ਹੈ ਜਦੋਂ ਇਹਨਾਂ ਨੇ ਅੱਗੋਂ ਫਾਇਰਿੰਗ ਕਰੀ, ਇਹਨਾਂ ਨੂੰ ਖੇਤਾਂ ਵਿੱਚੋਂ ਕਾਬੂ ਕਰਿਆ, ਅਤੇ ਉਹਦੇ 'ਚ ਇੱਕ ਮੁਲਾਜ਼ਮ ਦੇ ਥੋੜ੍ਹੀ ਸੱਟਾਂ ਲੱਗੀਆਂ। ਦੋਨੋਂ ਪਾਸਿਆਂ ਤੋਂ ਫਾਇਰਿੰਗ ਹੋਈ ਆ, ਉਹ ਅਜੇ ਤਫਤੀਸ਼ ਦਾ ਹਿੱਸਾ ਦੀ ਕਾਊਂਟਿੰਗ ਵਗੈਰਾ ਹੋ ਰਹੀ ਹੈ। ਉਹਨਾਂ ਦੇ ਵੀ ਇੱਕ ਬੰਦੇ ਦੇ ਭੱਜਦੇ ਸਮੇਂ ਲੱਤ 'ਤੇ ਸੱਟ ਲੱਗੀ ਆ, ਫਾਇਰਿੰਗ 'ਚ ਨਹੀਂ, ਉੱਦਾਂ ਭੱਜਦੇ ਸਮੇਂ ਉਹਦੇ ਲੱਤ 'ਤੇ ਸੱਟ ਲੱਗੀ ਆ। ਸਾਡੇ ਵੀ ਇੱਕ ਮੁਲਾਜ਼ਮ ਜ਼ਖਮੀ ਹੋਇਆ। CIA ਦਲਜੀਤ ਸਿੰਘ ਨੇ ਆਪਣੀ ਪੁਲਿਸ ਪਾਰਟੀ ਦੇ ਨਾਲ ਬੱਦਨੀ ਤੋਂ ਮੱਲਿਆਣਾ ਜਾ ਰਹੀ ਸੜਕ 'ਤੇ ਕਰੋਸਿੰਗ 'ਤੇ ਨਾਕਾਬੰਦੀ ਕੀਤੀ ਸੀ, ਜੋ ਤਿੰਨ ਵਿਅਕਤੀ ਦੌਦਰ ਸਾਈਡ ਤੋਂ ਆਏ, ਮੋਟਰਸਾਈਕਲ 'ਤੇ ਆਏ, ਜਿਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ, ਜੋ ਜਿਨ੍ਹਾਂ ਨੇ ਮੋਟਰਸਾਈਕਲ ਘੁਮਾ ਕੇ ਪਿੱਛੇ ਨੂੰ। ਸੋ ਇਹ ਸਾਰੀ ਇਨਫੋਰਮੇਸ਼ਨ ਹੈ, ਔਰ ਇਹ ਇਨਫੋਰਮੇਸ਼ਨ ਕਿਉਂ ਅਸੀਂ ਵਾਰ ਵਾਰ ਸੁਣਾ ਰਹੇ ਸੀਗੇ ਤੁਹਾਨੂੰ, ਕਲੀਅਰ ਹੋਵੇ ਕਿ ਹੋਇਆ ਕੀ ਹੈ, ਔਰ ਇਹ ਇਨਫੋਰਮੇਸ਼ਨ ਬਹੁਤ ਕੁਝ ਕਲੀਅਰ ਕਰਦੀ ਹੈ। ਪਹਿਲੀ ਗੱਲ, CIA ਨੇ ਇਹ ਕਾਰਵਾਈ ਕੀਤੀ ਹੈ, CIA ਸਟਾਫ ਮਹਿਣਾ ਨੇ ਇਹ ਕਾਰਵਾਈ ਕੀਤੀ ਹੈ, ਬਦਨੀ ਤੋਂ ਮਲਿਆਣਾ ਦੇ ਵਿਚਾਲੇ ਨਾਕੇਬੰਦੀ ਕੀਤੀ ਗਈ ਸੀ ਪੁਲਿਸ ਦੇ ਵੱਲੋਂ। ਦੌਦਰ ਵਾਲੇ ਪਾਸਿਓਂ ਗੈਂਗਸਟਰ ਆ ਰਹੇ ਸੀਗੇ ਬਾਈਕ 'ਤੇ, ਦਲਜੀਤ ਸਿੰਘ ਨਾਂ ਦੇ ਇੰਸਪੈਕਟਰ ਨੇ ਜਿਹੜੇ CIA ਦੀ ਟੀਮ ਨੂੰ ਲੀਡ ਕਰ ਰਹੇ ਸੀ, ਉਹਨਾਂ ਨੇ ਇਹਨਾਂ ਨੂੰ ਰੁਕਣ ਦਾ ਜਿਹੜਾ ਕਾਲ ਕੀਤੀ, ਪਹਿਲੀ ਕਾਲ ਹੁੰਦੀ ਹੈ ਰੁਕਣ ਦੀ, ਜਿਵੇਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਸੀ, ਰੁਕਣ ਦੀ ਕਾਲ ਕੀਤੀ, ਪਰ ਇਹ ਰੁਕੇ ਨਹੀਂ, ਇਹਨਾਂ ਨੇ ਵਾਪਿਸ ਬਾਈਕ ਮੋੜਿਆ ਔਰ ਦੌਦਰ ਵੱਲ ਜਾਣ ਦੀ ਕੋਸ਼ਿਸ਼ ਕੀਤੀ। ਤਾਂ ਇਸ 'ਤੇ ਦਲਜੀਤ ਸਿੰਘ ਨੇ ਆਪਣੀ ਟੀਮ ਦੇ ਨਾਲ ਇਹਨਾਂ ਦਾ ਪਿੱਛਾ ਕੀਤਾ, ਪਿੱਛਾ ਕਰਨ 'ਤੇ ਪੁਲਿਸ ਜਦੋਂ ਪਿੱਛੇ ਲੱਗੀ ਤਾਂ ਇਹਨਾਂ ਨੇ ਬਾਈਕ ਛੱਡੀ ਔਰ ਬਾਈਕ ਛੱਡ ਕੇ ਖੇਤਾਂ ਦਾ ਰੁੱਖ ਕਰ ਲਿਆ। ਖੇਤਾਂ ਦਾ ਰੁੱਖ ਕਰਕੇ ਤਿੰਨੇ ਭੱਜਣ ਲੱਗੇ, ਪੁਲਿਸ ਨੇ ਇਹਨਾਂ ਨੂੰ ਲਲਕਾਰਿਆ, ਪੁਲਿਸ ਨੇ ਇਹਨਾਂ ਨੂੰ ਸਰੈਂਡਰ ਕਰਨ ਲਈ ਕਿਹਾ, ਤੇ ਉਸ ਤੋਂ ਬਾਅਦ ਇਹਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ 'ਤੇ ਪੁਲਿਸ ਨੇ ਵੀ ਫਾਇਰਿੰਗ ਕੀਤੀ। ਕ੍ਰੋਸ ਫਾਇਰਿੰਗ ਹੋਈ ਹੈ, ਕਿੰਨੀ ਹੋਈ ਹੈ ਇਹ ਹਜੇ ਜਾਂਚ ਕੀਤੀ ਜਾਵੇਗੀ। ਜਿਹੜੇ ਖੋਲ ਬਰਾਮਦ ਹੋਣਗੇ
ਕਾਰਟਰੀਜ ਦੇ ਜਿਹੜੇ ਖੋਲ ਬਰਾਮਦ ਹੁੰਦੇ ਨੇ ਉਸ ਦੇ ਆਧਾਰ ਤੇ ਪਤਾ ਲੱਗੇਗਾ ਕਿ ਪੁਲਿਸ ਨੇ ਕਿੰਨੇ ਫਾਇਰ ਕੀਤੇ ਨੇ ਔਰ ਗੈਂਗਸਟਰਸ ਨੇ ਕਿੰਨੇ ਫਾਇਰ ਕੀਤੇ ਨੇ। ਤਿੰਨ ਨਾਂ ਸਾਹਮਣੇ ਆਏ ਨੇ, ਮੋਗਾ ਦਾ ਸ਼ੰਕਰ ਰਾਜਪੂਤ, ਜਸ਼ਵ ਤੇ ਧਰਮਕੋਟ ਦਾ ਨਵਦੀਪ ਸਿੰਘ, ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਦੇ ਵੱਲੋਂ। ਇੱਕ ਗੈਂਗਸਟਰ ਦੇ ਭੱਜਣ ਵੇਲੇ ਪੈਰ ਦੇ ਵੀ ਸੱਟ ਲੱਗੀ ਹੈ ਔਰ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਹੋਇਆ ਤੇ ਇਹ ਜਾਣਕਾਰੀ, ਇਹ ਸਾਰਾ ਅਪਡੇਟ ਹੈ, ਅਹਿਮ ਅਪਡੇਟ ਹੈ ਮਨੋਜ। ਵੱਡੀ ਕਾਰਵਾਈ ਹੈ, ਤਿੰਨ ਗੈਂਗਸਟਰ ਸਿੱਧੇ ਤੌਰ ਤੇ ਲੱਕੀ ਪਟਿਆਲ ਦੇ ਨਾਲ ਲਿੰਕ ਸੀਗਾ ਇਹਨਾਂ ਦਾ ਔਰ ਪੁਲਿਸ ਅਧਿਕਾਰੀ ਦੱਸ ਰਹੇ ਨੇ ਕਿ ਡਾਇਰੈਕਟਲੀ ਔਰ ਇਨਡਾਇਰੈਕਟਲੀ, ਕਿਉਂਕਿ ਲੱਕੀ ਪਟਿਆਲ ਦਾ ਨਾਂ ਜਦੋਂ ਆਏਗਾ ਤਾਂ ਬੰਬੀਹਾ ਗੈਂਗ ਦੇ ਨਾਲ ਆਟੋਮੈਟਿਕਲੀ ਜਾ ਕੇ ਕਨੈਕਸ਼ਨ ਜੁੜਦਾ। ਇਹਨਾਂ ਦੇ ਕੋਲੋਂ ਹਥਿਆਰ ਵੀ ਬਰਾਮਦ ਹੋਏ ਨੇ, ਅਸਲਾ ਵੀ ਬਰਾਮਦ ਹੋਇਆ, ਉਸ ਦੀ ਵੀ ਜਾਂਚ ਜਿਹੜਾ ਹੈਗਾ ਜੀ ਕੀਤੀ ਜਾ ਰਹੀ ਹੈ। ਕ੍ਰੋਸ ਫਾਇਰਿੰਗ ਹੋਈ ਹੈ, ਇਹ ਵੀ ਜਾਣਕਾਰੀ ਮਿਲ ਕੇ ਸਾਹਮਣੇ ਆਈ ਹੈ, ਨਿਕਲ ਰਹੀ ਹੈ, ਸਾਹਮਣੇ ਆ ਰਹੀ ਹੈ। ਪਰ ਮਨੋਜ, ਜਿਸ ਤਰੀਕੇ ਪੁਲਿਸ ਦਾ ਐਕਸ਼ਨ ਹੈ ਆਪਣੇ ਆਪ ਵਿੱਚ, ਐਤਵਾਰ ਦਾ ਦਿਨ ਵੈਸੇ ਛੁੱਟੀ ਦਾ ਦਿਨ ਹੁੰਦਾ ਹੈ ਪਰ ਪੁਲਿਸ ਦੇ ਲਈ ਛੁੱਟੀ ਨਹੀਂ ਹੈ, ਪੁਲਿਸ ਦੇ ਲਈ ਐਕਸ਼ਨ ਦਾ ਦਿਨ ਹੈ ਮਨੋਜ। ਬਿਲਕੁਲ ਗਗਨ, ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਜਿੱਥੇ ਲੱਕੀ ਪਟਿਆਲ ਦਾ ਨਾਂ ਸਾਹਮਣੇ ਆ ਗਿਆ, ਕਿਤੇ ਨਾ ਕਿਤੇ ਬੰਬੀਹਾ ਗੈਂਗ ਦੇ ਨਾਲ ਜੁੜਦਾ ਨਜ਼ਰ ਆ ਰਿਹਾ ਔਰ ਇਹਦੀ ਪੁਸ਼ਟੀ ਵੀ ਸੀਨੀਅਰ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ। ਔਰ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਪਿਸਟਲ ਨੂੰ ਲੈ ਕੇ, ਇਲੀਗਲ ਵੈਪਨਸ ਨੂੰ ਲੈ ਕੇ ਉਹ ਤਿੰਨੋਂ ਜਿੱਦਾਂ ਤੁਸੀਂ ਨਾਂ ਲੈ ਰਹੇ ਹੋ, ਸ਼ੰਕਰ ਰਾਜਪੂਤ ਦੇ ਪਹਿਲਾਂ ਵੀ ਪਰਚੇ ਦਰਜ ਹੈ, ਪੋਸਕੋ ਐਕਟ ਦੇ ਤਹਿਤ ਮਾਮਲਾ ਦਰਜ ਹੈ ਇਹਦੇ ਸ਼ੰਕਰ ਰਾਜਪੂਤ ਤੇ। ਉਸ ਤੋਂ ਇਲਾਵਾ ਯਸ਼ਵ ਜਿਹੜਾ ਹੈਗਾ ਉਹ ਵੀ ਮੋਗਾ ਦਾ ਰਹਿਣ ਵਾਲਾ ਹੈ, ਦੂਜਾ ਨਵਦੀਪ ਜਿਹੜਾ ਉਹ ਧਰਮਕੋਟ ਦਾ ਰਹਿਣ ਵਾਲਾ। ਇਹ ਤਿੰਨੋਂ ਬੰਬੀਹਾ ਗੈਂਗ ਦੇ ਨਾਲ ਜੁੜੇ ਹੋਏ ਨੇ, ਜਿਹੜੀ ਜਾਣਕਾਰੀ ਹੁਣ ਤੱਕ ਪੁਲਿਸ ਅਫਸਰ ਦੇ ਰਹੇ। ਕ੍ਰੋਸ ਫਾਇਰਿੰਗ ਹੋਈ ਹੈ, ਇਹਨਾਂ ਨੇ ਪੁਲਿਸ ਨੂੰ ਵੇਖ ਕੇ ਭੱਜਣ ਦੀ ਕੋਸ਼ਿਸ਼ ਸੀਗੀ, ਹਾਲਾਂਕਿ ਮੋਟਰਸਾਈਕਲ ਛੱਡ ਕੇ ਇਹ ਖੇਤਾਂ 'ਚ ਭੱਜੇ, ਇਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ, ਜਵਾਬੀ ਫਾਇਰਿੰਗ 'ਚ ਪੁਲਿਸ ਨੇ ਇਹਨਾਂ ਤੇ ਗੋਲੀ ਮਾਰੀ, ਜਿਹਦੇ ਇੱਕ ਦੇ ਪੈਰ ਤੇ ਗੋਲੀ ਵੱਜੀ। ਹਾਲਾਂਕਿ ਇਹਨਾਂ ਨੂੰ ਸਾਰਿਆਂ ਨੂੰ ਹਸਪਤਾਲ ਲੈ ਕੇ ਗਿਆ ਔਰ ਉੱਥੇ ਹੀ ਸੀਨੀਅਰ ਅਧਿਕਾਰੀ ਪਹੁੰਚ ਰਹੇ ਨੇ। ਥੋੜ੍ਹੀ ਦੇਰ ਤੱਕ SSP ਮੋਗਾ ਵਿਵੇਕਸ਼ੀਲ ਸੋਨੀ ਉੱਥੇ ਪਹੁੰਚਣਗੇ ਔਰ ਪੂਰਾ ਉਹਦਾ ਬਰੀਫ ਵੀ ਕਰਨਗੇ, ਮੀਡੀਆ ਨੂੰ ਬਰੀਫ ਕਰਨਗੇ ਕਿ ਕਿਸ ਤਰ੍ਹਾਂ ਇਹ ਪੂਰਾ ਇਹਨਾਂ ਦਾ ਸੀਗਾ ਔਰ ਕਿਹੜੀ ਵਾਰਦਾਤ ਨੂੰ ਅੰਜਾਮ, ਕਿਉਂਕਿ ਬਹੁਤ ਅਹਿਮ ਹੋ ਜਾਂਦਾ ਹੈ ਗਗਨ ਇਹਦੇ ਵਿੱਚ। ਬਹੁਤ ਅਹਿਮ ਇਹ ਗੱਲ ਹੈ ਕਿ ਆਖਿਰ ਇਹ ਅਸਲਾ ਲੈ ਕੇ ਇਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਸੀਗੇ ਔਰ ਉਹ ਏਰੀਆ ਜਿਹੜਾ ਉਸ ਏਰੀਆ ਤੋਂ ਨਿਕਲ ਕਰ ਉਹ ਕਿਸੇ ਦੂਜੇ ਪਾਸੇ ਉਹਨਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ, ਇਹ ਵੀ ਗੱਲ ਸਾਹਮਣੇ ਆ ਰਹੀ ਹੈ। ਲੇਕਿਨ ਪੁਲਿਸ ਪਾਰਟੀ ਨੂੰ ਟਿਪ ਆਫ ਸੀ ਔਰ ਉਸ ਤੋਂ ਬਾਅਦ ਜਦ ਇਹਨਾਂ ਨੂੰ ਕਾਬੂ ਕੀਤਾ ਗਿਆ, ਇਹਨਾਂ ਨੇ ਕ੍ਰੋਸ ਫਾਇਰਿੰਗ ਕੀਤੀ, ਉਸ ਤੋਂ ਬਾਅਦ ਇਹਨਾਂ ਨੂੰ ਕਾਬੂ ਕਰ ਲਿਆ ਗਿਆ। ਇਲੀਗਲ ਵੈਪਨਸ ਕਿੱਥੋਂ ਆਏ, ਕਿੰਨੇ ਮੁਹੱਈਆ ਕਰਾਏ, ਕੀ ਵੱਡੀ ਟਾਰਗੇਟ ਸੀਗਾ, ਇਹ ਸਾਰੀ ਚੀਜ਼ਾਂ ਨੂੰ ਦਾ ਖੁਲਾਸਾ ਥੋੜ੍ਹੀ ਦੇਰ ਤੱਕ ਹੋਏਗਾ। ਲੇਕਿਨ ਇਸ ਤਰ੍ਹਾਂ ਦਾ ਐਕਸ਼ਨ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਐਕਸ਼ਨ ਜ਼ਰੂਰ ਦੇਖਣ ਨੂੰ ਮਿਲ ਰਿਹਾ ਔਰ ਮੁੱਖ ਮੰਤਰੀ ਦੇ ਮੀਟਿੰਗ ਤੋਂ ਬਾਅਦ, ਪਿਛਲੇ ਦਿਨਾਂ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਬੜਾ ਕਲੀਅਰ ਇਹਦੇ ਵਿੱਚ ਕਿਹਾ ਗਿਆ ਔਰ DGP ਗੌਰਵ ਯਾਦਵ ਵੱਲੋਂ ਵੀ ਜਾਣਕਾਰੀ ਮੀਡੀਆ ਨੂੰ ਦਿੱਤੀ ਗਈ ਸੀ ਕਿ ਬਹੁਤ ਹੀ ਕਲੀਅਰ ਕੱਟ ਹੈ ਕਿ ਜੇਕਰ ਜਾਂ ਤਾਂ ਤੁਸੀਂ ਸੁਧਰ ਜਾਓ ਨਹੀਂ ਤਾਂ ਐਕਸ਼ਨ ਜਿਹੜਾ ਉਹ ਜ਼ਰੂਰ ਵੇਖਣ ਨੂੰ ਮਿਲੇਗਾ। ਔਰ ਉਹੀ ਉਹਦਾ ਹੀ ਇੱਕ ਪੂਰਾ ਰਿਜ਼ਲਟ ਹੈ ਕਿ ਲਗਾਤਾਰ ਇਨਕਾਊਂਟਰਸ, ਲਗਾਤਾਰ ਧਰ ਪਕੜ ਔਰ ਲਗਾਤਾਰ ਓਪਰੇਸ਼ਨ ਕਲੀਨ ਜੋ ਕੀਤਾ ਜਾ ਰਿਹਾ, ਇੱਕ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਜਿੱਦਾਂ ਤੁਸੀਂ ਵੀ ਜ਼ਿਕਰ ਕਰ ਰਹੇ ਸੀ ਉਹ ਗ੍ਰਾਫਿਕਸ ਦੇ ਥਰੂ, ਜਿੱਦਾਂ ਤੁਸੀਂ ਸਾਰਾ ਸਮਝਾਇਆ ਕਿ ਕਿੰਨੇ ਕਿੰਨੇ ਦਿਨਾਂ ਦੇ ਕਿਸ ਤਰ੍ਹਾਂ ਦਾ ਇਨਕਾਊਂਟਰ ਹੋਇਆ। ਕੱਲ ਵੀ ਦੋ ਇਨਕਾਊਂਟਰ ਹੋਏ ਹੈ, ਮੋਹਾਲੀ ਜ਼ਿਲ੍ਹੇ ਦੀ ਅਸੀਂ ਗੱਲ ਕਰ ਲਈਏ ਦੋ ਫੜੇ ਗਏ ਨੇ, ਪਟਿਆਲਾ ਦੀ ਅਸੀਂ ਗੱਲ ਕਰ ਲਈਏ ਉੱਥੇ ਫੜੇ ਗਏ ਨੇ, ਉਸ ਤੋਂ ਇਲਾਵਾ ਪਹਿਲਾਂ ਪੀਰ ਮੁਛੱਲਾ ਏਰੀਆ ਦੇ ਵਿੱਚ ਜੱਸਾ ਹੱਪੋਵਾਲ ਦਾ ਇਨਕਾਊਂਟਰ ਕੀਤਾ, ਉਸ ਤੋਂ ਬਾਅਦ ਉਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਇਨਕਾਊਂਟਰਸ ਲਗਾਤਾਰ ਹੋ ਰਹੇ ਨੇ, ਉਹਨਾਂ ਨੂੰ ਫੜਿਆ ਜਾ ਰਿਹਾ, ਉਹਨਾਂ ਨੂੰ ਕਾਬੂ ਕੀਤਾ ਜਾ ਰਿਹਾ ਔਰ ਉਹ ਪੁੱਛਗਿੱਛ ਵੀ ਕਈ ਚੀਜ਼ਾਂ ਦਾ ਖੁਲਾਸਾ ਹੋ ਰਿਹਾ ਕਿ ਕਿਸ ਤਰ੍ਹਾਂ ਜੋ ਵਿਦੇਸ਼ 'ਚ ਬਹਿ ਕੇ ਜਿਹੜਾ ਨੈਕਸਸ ਚੱਲ ਰਿਹਾ ਜਾਂ ਫਿਰ ਹੋਰ ਵੀ ਕਈ ਚੀਜ਼ਾਂ ਨੂੰ ਲੈ ਕੇ, ਟਾਰਗੇਟਸ ਨੂੰ ਲੈ ਕੇ, ਕਿਉਂਕਿ ਜੱਸਾ ਹੋਪੋਵਾਲ ਜਿਹੜਾ ਫੜਿਆ ਗਿਆ ਸੀਗਾ, ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਉਹਦੇ ਵੀ ਇਨੀਸ਼ੀਅਲੀ ਇਨਵੈਸਟੀਗੇਸ਼ਨ 'ਚ ਸਾਹਮਣੇ ਆਇਆ ਕਿ 5 ਟਾਰਗੇਟ ਉਹਨੂੰ ਦਿੱਤੇ ਹੋਏ ਸੀਗੇ, ਪੰਜਾਬ ਦੇ ਵਿੱਚ 5 ਟਾਰਗੇਟ ਉਹਨੂੰ ਦਿੱਤੇ ਸੀਗੇ ਔਰ ਵੱਡੀ ਵਾਰਦਾਤ ਨੂੰ ਉਸਨੇ ਅੰਜਾਮ ਦੇਣਾ ਸੀਗਾ। ਇਹ ਸਾਰਾ ਇਹ ਚੀਜ਼ਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਕਿਸ ਤਰ੍ਹਾਂ ਉਹਨਾਂ ਨੂੰ ਫੜ ਕੇ ਜਦ ਪੁੱਛਗਿੱਛ ਹੁੰਦੀ ਹੈ ਕਿ ਹਥਿਆਰ ਕਿੱਥੋਂ ਲੈ ਕੇ ਆਉਂਦੇ ਹੋ,
ਟਾਰਗੇਟ ਕੀ ਸੀਗਾ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਲਗਾਤਾਰ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਔਰ ਐਸੋਸੀਏਟਸ ਨੂੰ ਫੜ ਕੇ ਇਨਵੈਸਟੀਗੇਸ਼ਨ 'ਚ ਵੀ ਕਈ ਚੀਜ਼ਾਂ ਸਾਹਮਣੇ ਆਉਂਦੀ ਹੈ। ਹੁਣ ਇਹ ਵੀ ਟਿਪ ਆਫ ਸੀ ਜਿਹੜੀ ਮੋਗਾ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਇਸ ਤਰ੍ਹਾਂ ਦੇ ਬਦਮਾਸ਼ ਇੱਥੇ ਘੁੰਮ ਰਹੇ ਹੈ, ਇਸ ਏਰੀਆ ਦੇ ਘੁੰਮ ਰਹੇ ਹੈ ਔਰ ਸਿਲਵਰ ਕਲਰ ਦੀ ਸਪਲੈਂਡਰ ਬਾਈਕ ਜਿਹੜੀ ਹੈ ਉਹਦੇ ਵਿੱਚ ਇਹ ਤਿੰਨੋਂ ਜਿਹੜੇ ਹੈਗੇ ਉਹ ਚੱਲ ਰਹੇ। ਉਸ ਸਾਈਡ ਦਾ ਏਰੀਆ ਦਾ ਟਿਪ ਆਫ ਸੀ ਔਰ ਮੁਖਬਰੀ ਸੀ ਔਰ ਮੁਖਬਰੀ ਤੋਂ ਬਾਅਦ ਇਹਨਾਂ ਨੂੰ ਕਾਬੂ ਕੀਤਾ ਗਿਆ, ਜਿਸ ਤੋਂ ਬਾਅਦ ਇਹ ਸਾਰਾ ਕ੍ਰੋਸ ਫਾਇਰਿੰਗ ਹੋਈ ਔਰ ਕ੍ਰੋਸ ਫਾਇਰਿੰਗ ਤੋਂ ਬਾਅਦ ਇਹਨਾਂ ਨੇ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ। ਤਾਂ ਬਹੁਤ ਜ਼ਰੂਰੀ ਹੋ ਜਾਂਦਾ ਹੈ ਗਗਨ ਕਿ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਕਿਸ ਤਰ੍ਹਾਂ ਜਿਹੜਾ ਲਾਅ ਐਂਡ ਆਰਡਰ ਮੇਨਟੇਨ ਕਰਨ ਦੀ ਜ਼ਿੰਮੇਵਾਰੀ ਪੰਜਾਬ ਪੁਲਿਸ ਦੀ ਹੈਗੀ, ਕਿਸ ਤਰ੍ਹਾਂ ਅਸੀਂ ਜਿਹੜੇ ਵੀ ਕ੍ਰਿਮੀਨਲਸ ਨੇ, ਬਦਮਾਸ਼ ਨੇ ਜਾਂ ਸ਼ਾਤਿਰ ਨੇ ਜਾਂ ਇਸ ਤਰ੍ਹਾਂ ਦੇ ਗੈਂਗਸਟਰ ਨੇ, ਉਹਨਾਂ ਨੂੰ ਕਿਸ ਤਰ੍ਹਾਂ ਕਾਬੂ ਕਰਨਾ ਹੈ, ਉਹਨਾਂ ਦੇ ਐਸੋਸੀਏਟਸ ਨੂੰ ਕਾਬੂ ਕਰਨ ਤੋਂ ਬਾਅਦ ਉਹਨਾਂ ਤੋਂ ਰਿਕਵਰੀ ਜਿਹੜੀ ਹੈ ਜਾਂ ਫਿਰ ਉਹਨਾਂ ਤੋਂ ਪੁੱਛਗਿੱਛ 'ਚ ਕਈ ਚੀਜ਼ਾਂ ਸਾਹਮਣੇ ਆਉਂਦੀਆਂ, ਉਹਦੇ ਬਿਹਾਫ 'ਤੇ ਪੁਲਿਸ ਕੰਮ ਕਰਦੀ ਹੈ, ਉਹਦੇ ਬਿਹਾਫ 'ਤੇ ਮੁਖਬਰੀ ਹੁੰਦੀ ਹੈ, ਉਹਦੇ ਬਿਹਾਫ 'ਤੇ ਟਿਪ ਆਫ ਤੋਂ ਬਾਅਦ ਪੁਲਿਸ ਇਸ ਪੂਰੇ ਆਪਰੇਸ਼ਨ ਨੂੰ ਅੰਜਾਮ ਦਿੰਦੀ ਹੈ।